हाँ सत श्रीकाल जी, मैं दलजीत सिंह जैलदार, ते तुसी देख रहे हो अपना ही चैनल टॉप पंजाब टीवी। यार सोशल मीडिया ते कोई ना कोई फोटो वीडियो वायरल हुंदी रहिंदी है। सो हाल ही विच एक फोटो सोशल मीडिया ते बहुत ही ज्यादा तेजी नाल वायरल हो रही है, जिस फोटो विच भगत सिंह दे नाल एक होर शख्स दी फोटो है। जिवें कि तुसी जानदे हो कि भगत सिंह दी इह फोटो जिस विच भगत सिंह उहनां नूं संगलां दे विच जकड़िया गया। भगत सिंह एक अजिहा इंसान सी जिसने भारत नूं गोरियां तों आजाद करवाया। जदों भगत सिंह ने हथियार चुके सी तां उदों वी लोक शहीद भगत सिंह उहनां नूं अतवादी दसदे सी, क्योंकि भगत सिंह सिख कौम नूं बिलोंग करदा सी ते उसदे ख्याल बागी सी। उह आजाद रहना चाहुंदा सी, गुलामी नहीं सहना चाहुंदा सी। सो इसे तरह ही अज किसान दिल्ली दे बॉर्डर ते बैठे होए ने, जिन्हां ने काले अंग्रेजां नाल मत्था लाया होया है। पर ये काले अंग्रेज यानी कि सेंटर सरकार किसानां दी एक भी गल नहीं मानदी पई। सो इसे लई ही साडे कुछ किसान 26 जनवरी नूं भड़क गए सी, जिस तों बाद दिल्ली पुलिस ने किसानां ते बहुत ही ज्यादा तसद्दद किया। सो इन्हां विच्चों ही एक शख्स सी जिसका नाम जगसीर सिंह जग्गी सी, जिसनूं उसदे पिंड दे लोक ज्यादातर जग्गी बाबे दे नाम नाल जानदे ने। इस वीर दा पिंड भंदेरे जो बरनाले विच पैंदा है। ਇਹ ਵੀਰ ਕਾਫੀ ਟਾਈਮ ਤੋਂ ਦਿੱਲੀ ਦੇ ਬਾਰਡਰ ਤੇ ਲਾਂਗੜੀ ਦੀ ਸੇਵਾ ਕਰਦਾ ਪਿਆ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਿੱਖ ਕੌਮ ਦੁਨੀਆ ਦੀ ਨਿਰਾਲੀ ਕੌਮ ਹੈ, ਜੋ ਸਾਰਿਆਂ ਨਾਲੋਂ ਹੀ ਵੱਖਰੀ ਹੈ, ਜੋ ਡਰਦੀ ਨਹੀਂ ਹੈ ਕਿਸੇ ਤੋਂ। ਇਸੇ ਲਈ ਹੀ ਇਸ ਸ਼ੇਰ ਨੂੰ, ਜੱਗੀ ਬਾਬੇ ਨੂੰ, ਦਿੱਲੀ ਪੁਲਿਸ ਨੇ ਘੇਰ ਲਿਆ ਤੇ ਕੱਲੇ ਸ਼ੇਰ ਨੂੰ ਤਕਰੀਬਨ 50 ਤੋਂ ਲੈ ਕੇ 100 ਪੁਲਿਸ ਵਾਲਿਆਂ ਨੇ ਲਾਠੀਆਂ ਨਾਲ ਕੁੱਟਿਆ। ਤੁਹਾਨੂੰ ਦੱਸ ਦਈਏ ਕਿ ਇਸ ਵੀਰ ਨੇ ਅੰਮ੍ਰਿਤ ਛਕਿਆ ਹੋਇਆ ਹੈ, ਨਾਲ ਹੀ ਇਸ ਵੀਰ ਦੇ ਅੰਮ੍ਰਿਤ ਦਾ ਵੀ ਨਿਰਾਦਰ ਕੀਤਾ ਗਿਆ। ਇਸ ਦੀ ਪੱਗ ਵੀ ਉਤਾਰੀ ਗਈ ਜਿਸ ਨੂੰ ਪੈਰਾਂ ਵਿੱਚ ਰੋਲਿਆ ਗਿਆ। ਸੋ ਇਸੇ ਲਈ ਹੀ ਇਸ ਵੀਰ ਦੀ, ਜੱਗੀ ਸਿੰਘ ਦੀ ਫੋਟੋ ਸ਼ਹੀਦ ਭਗਤ ਸਿੰਘ ਦੀ ਫੋਟੋ ਨਾਲ ਵਾਇਰਲ ਹੋ ਰਹੀ ਹੈ, ਕਿਉਂਕਿ ਕੰਮ ਤਾਂ ਦੋਵੇਂ ਸਰਦਾਰਾਂ ਦੇ ਬਾਗੀਆਂ ਵਾਲੇ ਸੀ। ਦੋਵੇਂ ਸਰਦਾਰ ਗੁਲਾਮੀ ਨਹੀਂ ਚਾਹੁੰਦੇ। ਸੋ ਇੱਕ ਸਰਦਾਰ ਦੇਸ਼ ਨੂੰ ਆਜ਼ਾਦ ਕਰਵਾਉਂਦਾ ਹੋਇਆ ਸ਼ਹੀਦ ਹੋ ਗਿਆ ਤੇ ਦੂਜਾ ਸਰਦਾਰ ਜੋ ਅੱਜ ਕਿਸਾਨਾਂ ਦੇ ਲਈ ਡਟਿਆ ਹੋਇਆ ਹੈ ਦਿੱਲੀ ਦੇ ਬਾਰਡਰਾਂ ਤੇ, ਜਿਸਨੇ ਕਦੀ ਆਪਣੇ ਹੱਥਾਂ ਨਾਲ ਹੀ ਪਕਾ ਕੇ ਲੰਗਰ ਇਹਨਾਂ ਪੁਲਿਸ ਵਾਲਿਆਂ ਨੂੰ ਖਵਾਇਆ, ਪਰ ਉਹੀ ਪੁਲਿਸ ਵਾਲਿਆਂ ਨੇ ਉਸਦੇ ਲਾਠੀਆਂ ਫੇਰ। ਸੋ ਅੱਜ ਇਹ ਫੋਟੋ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ, ਕਿਉਂਕਿ ਦੋਵਾਂ ਦੀ ਸੋਚ ਬਾਗੀ ਹੈ ਤੇ ਸ਼ਹੀਦ ਭਗਤ ਸਿੰਘ ਨੂੰ ਅੱਜ ਦੁਨੀਆ ਸਲੂਟ ਕਰਦੀ ਹੈ, ਪਰ ਅੱਜ ਕਿਸਾਨਾਂ ਨੂੰ ਜੋ ਪੂਰੀ ਦੁਨੀਆ ਨੂੰ ਅਨਾਜ ਦਿੰਦਾ ਹੈ ਉਹਨਾਂ ਨੂੰ ਅੱਤਵਾਦੀ ਦੱਸ ਰਹੀ ਹੈ। ਪਰ ਆਉਣ ਵਾਲੇ ਟਾਈਮ ਵਿੱਚ ਇਹਨਾਂ ਅੰਨੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਕਿਉਂ ਬੈਠੇ ਸੀ। ਅਰਜ ਕੀਤਾ ਭਾਵੇਂ ਹਲਕੇ ਸਾਡੇ ਸਿਰ ਤੇ ਟਾਂਕੇ ਵੀ ਲੱਗੇ ਹੋਏ ਨੇ, ਅਸੀਂ ਕਾਲੇ ਕਾਨੂੰਨਾਂ ਦੇ ਰੱਦ ਕਰਾਉਣ ਦੇ ਵਿੱਚ ਆਏ ਹੋਏ ਆ ਤੇ ਰੱਦ ਕਰਾ ਕੇ ਜਾਵਾਂਗੇ। ਪੀਸਫੁੱਲ ਸਾਡਾ ਜਿਹੜਾ ਪ੍ਰੋਟੈਸਟ ਹੋਊਗਾ। ਹਰ ਇੱਕ ਜਿੰਨੇ ਹੀ ਵੀਰ ਭਰਾ ਮੇਰੇ ਬਜ਼ੁਰਗ ਵੀਰ ਨੇ, ਜਿਹੜੇ ਬਜ਼ੁਰਗਾਂ ਨੂੰ ਬੇਨਤੀ ਹੈ ਜੋ ਕੋਈ ਸ਼ਰਾਬ ਪਾਣੀ ਦਾ ਸੇਵਨ ਕਰਦਾ ਹੈ ਉਹ ਆਪਦੀ ਲਿਮਿਟ 'ਚ ਜੇ ਨਹੀਂ ਸਰਦਾ ਤਾਂ ਆਪਣੀ ਲਿਮਿਟ 'ਚ ਕਰੋ। ਅਤੇ ਆਪਣੇ ਜਿਹੜੇ ਜਥੇਬੰਦੀਆਂ ਦੇ ਨਾਲ ਕੋਈ ਆਗੂ ਆਏ ਨੇ ਕਿਸੇ ਵੀ ਚੀਜ਼ ਦਾ ਕੋਈ ਧੱਫਾ ਨਾ ਲੱਗੇ ਅਤੇ ਸਰਕਾਰ ਨੂੰ ਆਪਾਂ ਮੌਕਾ ਨਹੀਂ ਦੇਣਾ ਇਸ ਟਾਈਪ ਦਾ। ਸਰਕਾਰ ਨੂੰ ਆਪਾਂ ਕੋਈ ਮੌਕਾ ਨਹੀਂ ਦੇਣਾ ਜਿਹਦੇ ਕਰਕੇ ਆਪਣੇ 'ਤੇ ਕਿਸ ਤਰ੍ਹਾਂ ਦਾ ਕੋਈ ਆਪਣੇ 'ਤੇ ਆਰੋਪ ਲਾਵੇ। ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕਰਾਂਗੇ ਅਤੇ ਜਿੱਤ ਕੇ ਜਾਵਾਂਗੇ। ਸੋ ਵੀਰੋ, ਤੁਸੀਂ ਵੀ ਜੱਗੀ ਬਾਬੇ ਦੇ ਲਈ ਵਧੀਆ ਵਧੀਆ ਕਮੈਂਟ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਸੋ ਹੁਣ ਦੇ ਲਈ ਇੰਨਾ ਹੀ, ਜਲਦੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ। ਹੁਣ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟੌਪ ਪੰਜਾਬ ਟੀਵੀ।